ਸਥਾਨਕ ਭੋਗਪੁਰ 'ਚ ਟ੍ਰੈਫਿਕ ਦਾ ਮਸਲਾ ਜੋ ਕਿ ਬਹੁਤ ਦੇਰ ਤੋਂ ਉਲਝਿਆ ਹੋਇਆ ਹੈ ਨੂੰ ਸੁਲਝਾਉਣ ਲਈ ਮੁੱਖ ਮਾਰਗ ਤੇ ਗਲਤ ਤਰੀਕੇ ਨਾਲ ਖੜੀਆਂ ਗੱਡੀਆਂ ਨੂੰ ਚੁੱਕਣ ਲਈ ਭੋਗਪੁਰ ਪੁਲਿਸ ਕੱਲ ਇੱਕਦਮ ਹੀ ਪੱਬਾਂ ਭਾਰ ਹੋ ਗਈ ਅਤੇ ਗਲਤ ਪਾਰਕਿੰਗ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਸਥਾਨਕ ਭੋਗਪੁਰ ਥਾਣੇ ਦੇ ਮੁੱਖ ਅਫਸਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕਈ ਗੱਡੀਆਂ ਦੇ ਚਲਾਨ ਕੱਟੇ ਗਏ। ਇਸ ਮੌਕੇ ਤੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮਾਰਗ ਤੇ ਜੋ ਗਲਤ ਤਰੀਕੇ ਨਾਲ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਸਨ ਉਹਨਾਂ ਦਾ ਚਲਾਨ ਕਰ ਉਹਨਾਂ ਨੂੰ ਟੋ ਕਰਕੇ ਮੰਡੀ ਵਿੱਚ ਖੜੀਆਂ ਕਰ ਦਿੱਤਾ ਗਿਆ ਹੈ ਅਤੇ ਉੱਚ ਅਧਿਕਾਰੀਆਂ ਦੇ ਹੁਕਮ ਸਦਕਾ ਇਹ ਮੁਹਿੰਮ ਰੋਜ਼ਾਨਾ ਹੀ ਚੱਲੇਗੀ ਤਾਂ ਜੋ ਟ੍ਰੈਫਿਕ ਦੇ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾ ਸਕੇ। सर की कहना चाहते तो ड्यूटी अच्छे इतने लगी आ ट्रैफिक के मसले भोगपुर चो ट्रैफिक का बड़ा मसला गंभीर आ अज की किया अज सू एस पी साहब वालों हुक्म होया कि जड़िया गड्डिया रोड से खड़िया इन्होंने नंबर नोट किए थे जो तीन तीन घंटे तो बाद खड़िया सगिया उन्होंने टो करके उत्तर मंडी छड़ के आए हैं ठीक है जो उन्होंने बनता होगा उन्होंने जुर्माना लाया जाएगा कि होर कार्रवाई ट्रैफिक बड़ा गंभीर मसला अपना भोग डेली यही करती है जिदा रोड होर की कहना चाहते पब्लिक भी कहना चाहते ਪਾਲੋਂ ਨੂੰ ਇਹੀ ਕਹਿੰਦੇ ਆ ਵੀ ਆਪਣੀ ਜਿਹੜਾ ਗੱਡੀਆਂ ਵਾ ਪਾਰਕਿੰਗ 'ਚ ਲਾਓ ਅਤੇ ਨੋ ਪਾਰਕਿੰਗ 'ਚ ਨਾ ਲਾਓ। ਹਾਂਜੀ ਹਾਂਜੀ ਰੋਡ ਜਾਮ ਨਾ ਹੋਵੇ ਜਿਹੜੇ ਵੀ ਰੋਡ ਨਾ ਜਾਮ ਹੋਵੇ ਸੰਬੰਧਿਤ ਅਫਸਰ ਆਪਣੇ ਜਿਹੜੇ ਹੈਗੇ ਭੋਗਪੁਰ ਦੇ ਐਸਓ ਸਾਹਿਬ ਉਹਨਾਂ ਨੇ ਅੱਜ ਬੜਾ ਵੱਡਾ ਕਦਮ ਚੱਕਿਆ ਉਹਦੇ ਸੰਬੰਧ ਕੀ ਕਹਿਣਾ ਚਾਹੁੰਦਾ ਨਹੀਂ ਕਦਮ ਅਫਸਰਾਂ ਦੇ ਹੁਕਮ ਨਾਲ ਚੁੱਕਿਆ ਜੀ ਉਹਨਾਂ ਨੇ ਕਿਹੜਾ ਆਪਣੀ ਮਰਜ਼ੀ ਨਾਲ ਜੋ ਅਫਸਰਾਂ ਦਾ ਹੁਕਮ ਆਇਆ ਉਹ ਕਰ ਰਹੇ ਕੀਤੀ ਜੀ ਠੀਕ ਆ ਜੀ ਹਾਂਜੀ ਕੁਝ ਸਿਫਾਰਸ਼ਾਂ ਵੀ ਆਉਂਦੀਆਂ ਕਹਿੰਦੇ ਤੁਹਾਡੇ ਕੋਲ ਜਿਹੜੀਆਂ ਗੱਡੀਆਂ ਲੈ ਕੇ ਜਾਂਦੇ ਸਾਡੇ ਕੋਲ ਅਜੇ ਤੱਕ ਕੋਈ ਸਿਫਾਰਸ਼ ਨਹੀਂ ਆਈ ਧੰਨਵਾਦ ਜੀ ਤੁਹਾਨੂੰ। बाबा सुरजीत सिंह की विशेष रिपोर्ट केडीटी न्यूज़ टीवी भोगपुर।